ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਨਵੀਂ ਸਵੇਰ ਚੜ੍ਹਦੇ ਹੋਏ ਦਿਨ ਦੇ ਨਾਲ ਹੈਗੀ ਹੈ, ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਮੈਂ ਕਰਤਾਰਪੁਰ ਸਾਹਿਬ ਜਾ ਰਹੀ ਹਾਂ, ਅਤੇ ਆਏ ਮੇਰੇ ਘਰ ਤੋਂ ਵੀਡੀਓ ਸਟਾਰਟ ਹੋ ਰਹੀ ਹੈ, ਅਤੇ ਸਾਡਾ ਜੱਥਾ ਜਾ ਰਿਹਾ। ਉਸ ਜੱਥੇ 'ਚ ਕੌਣ ਕੌਣ ਜਾ ਰਿਹਾ ਹੈ ਅਤੇ ਕਿਹੜੇ ਕਿਹੜੇ ਗੁਰਦੁਆਰੇ ਸਾਨੂੰ ਲੈ ਕੇ ਜਾਣਗੇ, ਸਾਡਾ 2 ਦਿਨ ਦਾ ਸਫ਼ਰ ਹੈ, ਅਤੇ ਤੁਹਾਨੂੰ ਮੈਂ ਇੱਕ ਇੱਕ ਜਿੱਥੇ ਵੀ ਜਾ ਰਹੇ ਜੱਥੇ ਦੇ ਨਾਲ ਜਿੱਥੇ ਵੀ ਗੁਰਦੁਆਰੇ ਜਾਵਾਂਗੇ ਦਰਸ਼ਨ ਕਰਾਵਾਂਗੇ, ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਚਲੋ ਜੀ ਚੱਲੀਏ ਫਿਰ। ਜੀ ਪਹੁੰਚ ਗਏ ਜੀ ਅਸੀਂ ਆਪਣੇ ਬੱਸ ਕੋਲ, ਸਾਡਾ ਜੱਥਾ ਮੋਹਾਲੀ ਤੋਂ ਸਟਾਰਟ ਹੋ ਰਿਹਾ ਹੈ। ਔਰਗੇਨਾਈਜ਼ ਕਰਵਾਇਆ ਹੈ ਹਰਜਸ ਟ੍ਰੈਲਰਸ ਵਾਲਿਆਂ ਨੇ, ਜਿਨ੍ਹਾਂ ਦੀ ਇਹਦੀ ਸ਼ੋਪ ਹੈਗੀ ਹੈ ਪ੍ਰਿੰਸ ਡਾਕੂਮੈਂਟਰੀ ਦੇ ਨਾਂ ਤੋਂ। ਚਲੋ ਜੀ ਚੱਲਦੇ ਹਾਂ ਜੀ ਜੱਥੇ ਦੇ ਨਾਲ, ਮਿਲਵਾਉਂਦੇ ਹਾਂ ਸਾਰਿਆਂ ਦੇ ਨਾਲ। ਵੀਡੀਓ ਚਲੋ, ਕਿੱਥੇ ਜਾ ਰਹੇ ਜੀ ਤੁਸੀਂ? ਕਰਤਾਰਪੁਰ ਸਾਹਿਬ, ਬਹੁਤ ਵਧੀਆ ਗੱਲ ਹੈ ਜੀ, ਬੜੇ ਕਰਮ ਵਾਲੇ ਹੋ ਤੁਸੀਂ, ਹੈ ਨਾ। ਅੱਜ ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਵੀ ਕਰਤਾਰਪੁਰ ਹੀ ਜਾ ਰਹੇ ਹੋ? ਚਲੋ ਜੀ, ਬਹੁਤ ਵਧੀਆ ਗੱਲ ਹੈ ਭਾਈ, ਖਰਚੇ ਘੱਟ ਕਰਿਓ ਜਾ ਕੇ ਮਾੜੇ ਜਿਹੇ, ਹੈ ਨਾ। ਹਾਂਜੀ, ਸਾਡਾ ਪਹਿਲਾ ਜੋ ਪੜਾਅ ਆਇਆ ਉਹ ਫਤਿਹਗੜ੍ਹ ਸਾਹਿਬ 'ਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ 'ਚ ਹੈਗਾ, ਅਤੇ ਇਹਦਾ ਕੀ ਇਤਿਹਾਸ ਹੈ ਉਹ ਮੈਂ ਤੁਹਾਨੂੰ ਸਾਰਾ ਥੋੜ੍ਹਾ ਥੋੜ੍ਹਾ ਦੱਸ ਦਾਂਗੀ, ਜ਼ਿਆਦਾ ਨਹੀਂ ਦੱਸਾਂਗੀ ਕਿਉਂਕਿ ਬਹੁਤ ਲੰਬੀ ਵੀਡੀਓ ਹੋ ਜਾਏਗੀ। ਅਤੇ ਮੈਂ ਆਈ ਹਾਂ, ਮੈਨੂੰ ਬਹੁਤ ਖੁਸ਼ੀ ਮਿਲ ਰਹੀ ਕਿ ਮੈਂ ਕਰਤਾਰਪੁਰ ਸਾਹਿਬ ਜਾ ਰਹੀ ਹਾਂ, ਮੇਰੀ ਤਾਂ ਮਤਲਬ ਇੰਨੀ ਅੰਦਰੋਂ ਤ੍ਰਿਪਤੀ ਹੋ ਰਹੀ, ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹਾਂ। ਅੱਜ ਬਹੁਤ ਵਧੀਆ ਦਿਨ ਹੈ, ਅੱਜ 30 ਤਰੀਕ ਹੈ, ਕਿਉਂਕਿ ਮੈਂ ਵੀਡੀਓ ਲੇਟ ਬਣਾ ਰਹੀ ਹਾਂ, ਅਤੇ ਇਹ ਲੰਗਰ ਹਾਲ ਦੇ ਅਸੀਂ ਪਿੱਛੋਂ ਜਾ ਰਹੇ ਸੀਗੇ, ਅਤੇ ਮੈਨੂੰ ਅੱਜ ਪਤਾ ਲੱਗਿਆ ਕਿ ਅੱਜ ਬਹੁਤ ਵਧੀਆ ਦਿਨ ਹੈ। ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਪੁੱਤਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ, ਅਤੇ ਲੰਗਰ 'ਚ ਜਲੇਬੀਆਂ ਅਤੇ ਪਕੌੜੇ ਵਰਤਾਏ ਜਾ ਰਹੇ ਸੀ, ਅਤੇ ਅਸੀਂ ਵੀ ਲੰਗਰ ਛਕਿਆ। ਅਤੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਤਿਹਾਸ ਦੇ ਬਾਰੇ ਦੱਸ ਦਿੰਦੀ ਹਾਂ ਕਿ ਇਹਦਾ ਇਤਿਹਾਸ ਕੀ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਇਸ ਥਾਂ ਜ਼ਾਲਮ ਹਕੂਮਤ ਪਾਸੋਂ ਦੀਵਾਨ ਟੋਡਰਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ। ਅੱਜ ਇਸ ਸਥਾਨ 'ਤੇ ਪਾਲਕੀ ਸਾਹਿਬ ਵੀ ਸੁਸ਼ੋਭਿਤ ਹੈ। ਹਾਂਜੀ, ਦਰਬਾਰ ਸਾਹਿਬ 'ਤੇ ਮੱਥਾ ਟੇਕ ਕੇ ਅਸੀਂ ਹੁਣ ਬਾਹਰ ਸਰੋਵਰ 'ਚ ਆ ਗਏ ਹਾਂ, ਜਲ ਲੈ ਕੇ ਅਤੇ ਅਸੀਂ ਬੱਸ 'ਚ ਚੱਲਦੇ ਹਾਂ, ਅਤੇ ਹੁਣ ਅਸੀਂ ਕਿਹੜੇ ਗੁਰਦੁਆਰੇ ਜਾਂਦੇ ਹਾਂ ਅਤੇ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਦੀ ਹਾਂ। ਹਾਂਜੀ, ਜਾਂਦੇ ਜਾਂਦੇ ਲੰਗਰ ਹਾਲ ਆਇਆ, ਅਤੇ ਮੈਂ ਸੋਚਿਆ ਕਿ ਤੁਹਾਨੂੰ ਇਹ ਪੇਂਟਿੰਗ ਦਿਖਾਵਾਂ। ਇਹ ਪੇਂਟਿੰਗ ਉਹੀ ਹੈ ਜੀ ਜੋ ਟੋਡਰਮੱਲ ਨੇ ਖੜੀ ਮੋਹਰਾਂ ਮੁੱਲ ਲੈ ਕੇ ਜ਼ਮੀਨ ਲਈ ਸੀ। ਮੈਂ ਸੁਣਿਆ ਕਿ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ। ਤੁਸੀਂ ਕਿੱਥੇ ਆਏ ਸੀ ਹੁਣੇ? ਗੁਰਦੁਆਰਾ ਜੋਤੀ ਸਰੂਪ ਸਾਹਿਬ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ। ਇਹ ਕਿਹੜੀ ਜਗ੍ਹਾ ਹੈ? ਜੋਤੀ ਸਰੂਪ ਸਾਹਿਬ ਨਹੀਂ, ਜਗ੍ਹਾ ਕਿਹੜੀ ਹੈ?
ਜੋਤੀ ਸਰੂਪ ਸਾਹਿਬ ਕਹਿੰਦੇ ਆ ਇਸ ਜਗ੍ਹਾ ਨੂੰ ਗੁਰਦੁਆਰਾ ਜੋਤ, ਇਹ ਪਿੰਡ ਤਾਂ ਕੋਈ ਨਾ ਗੁਰਦੁਆਰਾ ਜੋਤ ਸਰੂਪ ਸਾਹਿਬ ਟੋਡਰ ਮੱਲ ਤਾਂ ਮੋਹਰਾਂ ਦੇਖ ਕੇ ਇੱਥੇ ਜਗ੍ਹਾ ਖਰੀਦ ਕੇ ਉਹਨਾਂ ਦੀ ਸੰਸਕਾਰ ਕਰਤਾਰਪੁਰ ਜਾ ਰਹੇ ਆ ਪਾਕਿਸਤਾਨ ਵਾਲੇ। ਸਤਿ ਸ਼੍ਰੀ ਅਕਾਲ ਅੰਕਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਂ, ਕਿੱਥੇ ਜਾ ਰਹੇ? ਹਾਂਜੀ, ਤੁਹਾਡਾ ਨਾਂ? ਭੁਪਿੰਦਰ ਸਿੰਘ। ਜਾ ਕਿੱਧਰ ਰਹੇ ਹੋ? ਕਰਤਾਰਪੁਰ ਸਾਹਿਬ। ਠੀਕ ਹੈ ਜੀ, ਚਲੋ ਜੀ, ਸਾਰੀ ਸੰਗਤਾਂ ਨੇ ਉੱਥੇ ਜਾਣਾ, ਉੱਥੇ ਮਿਲਾਂਗੇ। ਹਾਂਜੀ, ਹੁਣ ਅਸੀਂ ਪਹੁੰਚ ਗਏ ਜੀ ਜਲੰਧਰ ਕੈਂਟ, ਅਤੇ ਹੁਣ ਇੱਕ ਹੋਰ ਸ਼ਹੀਦਾਂ ਦਾ ਗੁਰਦੁਆਰਾ ਹੈ ਜੀ, ਅਤੇ ਉੱਥੇ ਚੱਲਦੇ ਹਾਂ, ਦੱਸਦੇ ਹਾਂ ਜੀ ਉਹਦਾ ਇਤਿਹਾਸ ਕੀ ਹੈ। ਕਿਹੜਾ ਗੁਰਦੁਆਰਾ? ਭਾਈ ਨਿਹਾਲ ਸਿੰਘ ਦਾ ਗੁਰਦੁਆਰਾ ਹੈ। ਅੱਛਾ, ਤੱਲਣ ਪਿੰਡ ਹੈ ਮੇਰਾ ਖਿਆਲ, ਤੱਲਣ ਪਿੰਡ। ਅੱਛਾ, ਹਾਂ, ਭਾਈ ਨਿਹਾਲ ਸਿੰਘ। ਅੱਗੇ ਹਿਸਟਰੀ ਮੈਨੂੰ ਪਤਾ ਨਹੀਂ ਹੈ। ਇਤਿਹਾਸਿਕ ਗੁਰਦੁਆਰਾ? ਇਤਿਹਾਸਿਕ ਪੜ੍ਹਿਆ ਸੀ, ਹੁਣ ਪੜ੍ਹਦੇ ਹਾਂ ਇਤਿਹਾਸਿਕ ਕੀ ਨਹੀਂ ਹੈ ਨਾ, ਦੇਖਿਆ ਹੋਣਾ ਅੰਦਰ ਇਤਿਹਾਸ ਵੀ। ਅਤੇ ਆਏ ਹਾਂ ਹੁਣ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਗੁਰਦੁਆਰਾ ਸਾਹਿਬ ਆਏ ਹੋਏ ਹਾਂ ਜੋੜੇ। ਸਤਿ ਸੰਗਤ ਜੀ, ਆਓ ਜੀ, ਮੱਥਾ ਟੇਕਦੇ ਹਾਂ ਅਤੇ ਅੰਦਰ ਵੇਖਦੇ ਹਾਂ ਕੀ ਇਤਿਹਾਸਿਕ। ਮੈਂ ਪਿੰਡ ਤੱਲਣ ਜਿਹੜਾ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਹੈਗਾ, ਮੈਂ ਪਹਿਲੀ ਵਾਰ ਆਈ ਹਾਂ ਅਤੇ ਮੈਨੂੰ ਹੁਣੇ ਕੁਛ ਆਈਡੀਆ ਨਹੀਂ ਹੈ ਕਿ ਇਹਦੇ ਬਾਰੇ ਕੀ ਇਤਿਹਾਸ ਹੈ। ਅਗਰ ਤੁਸੀਂ ਜਾਣਦੇ ਹੋ ਤਾਂ ਮੈਨੂੰ ਥੱਲੇ ਕਮੈਂਟ ਰਾਹੀਂ ਦੱਸਣਾ ਕਿ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ, ਕਿਉਂਕਿ ਇੱਥੇ ਮੈਨੂੰ ਕਿੱਥੇ ਵੀ ਨਾ ਇਤਿਹਾਸ ਦੇਖਣ ਨੂੰ ਨਹੀਂ ਮਿਲਿਆ। ਸਤਸੰਗ ਜੀ, ਮੱਥਾ ਟੇਕ ਕੇ ਅਸੀਂ ਉੱਪਰ ਆਏ ਹਾਂ ਅਤੇ ਮੈਂ ਇੱਕ ਦੇਖ ਕੇ ਬੜੀ ਹੈਰਾਨੀ ਹੋਈ ਕਿ ਇੱਥੇ 47 ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਸੀ ਅਤੇ ਮੈਨੂੰ ਇਹ ਸਮਝ ਨਹੀਂ ਆਇਆ ਕਿ ਇਹ ਤੁਸੀਂ ਦੱਸਣਾ ਇਹ ਠੀਕ ਹੈ ਕਿ ਨਹੀਂ ਹੈ। ਵੈਸੇ ਮੈਨੂੰ ਕੁਛ ਵੀ ਪਤਾ ਨਹੀਂ ਹੈ, ਮੈਂ ਅਗਿਆਨ ਹਾਂ ਜੀ। ਅਤੇ ਅਸੀਂ ਲੰਗਰ ਹਾਲ ਆ ਗਏ ਹਾਂ, ਲੰਗਰ 'ਚ ਅਸੀਂ ਚਾਹ ਛੱਕੀ ਹੈ ਅਤੇ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ। ਅਸੀਂ ਆਏ ਹਾਂ ਜੀ ਹੁਣ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ, ਬਾਬਾ ਸ਼ਹੀਦਾਂ ਦਾ ਗੁਰਦੁਆਰਾ ਹੈ। ਸਾਡੇ ਨਾਲ ਆਂਟੀ ਵੀ ਹੈ ਔਰ ਇਹ ਵਾਲੇ ਆਂਟੀ ਵੀ ਸਾਡੇ ਨਾਲ ਹੈ। ਮੈਂ ਵੀਡੀਓ ਬਣਾ ਰਹੀ ਹਾਂ। ਅੱਛਾ ਅੱਛਾ, ਠੀਕ, ਪਾਣੀ ਨਾ ਵੀਡੀਓ। ਇਹ ਸਾਡਾ ਦੂਸਰਾ ਪੜਾਅ ਹੈ ਗੁਰਦੁਆਰੇ ਦਾ। ਹੁਣ ਦੇਖੋ ਅਸੀਂ ਕਿਹੜੇ ਤੀਸਰੇ ਗੁਰਦੁਆਰੇ ਜਾਂਦੇ ਹਾਂ। ਹਾਂ ਦੇਖੋ ਸਾਡੇ ਨਾਲ ਜੱਥੇ ਦੇ, ਇਹਨਾਂ ਨੇ ਕਿੰਨਾ ਸ਼ੋਰ ਪਾਇਆ ਕਿ ਜਲਦੀ ਬੈਠੋ ਤੁਸੀਂ ਬੱਸ 'ਚ। ਹਾਂਜੀ, ਸਾਡੀ ਬੱਸ ਸਟਾਰਟ ਹੋ ਗਈ ਹੈ ਜੀ। ਹੁਣ ਅਸੀਂ ਇਹ ਪਿੰਡ ਤੋਂ ਜਦੋਂ ਬਾਹਰ ਜਾ ਰਹੇ ਸੀਗੇ ਅਤੇ ਇਹ ਇੱਕ ਮੈਨੂੰ ਦਰਗਾਹ ਦੱਸੀ ਕਿ ਮੈਨੂੰ ਹੁਣ ਸਮਝ ਨਹੀਂ ਆਇਆ ਕਿ ਕਿਹੜੇ ਪੀਰ ਜੀ ਦੀ ਦਰਗਾਹ ਹੈ ਅਤੇ ਇੱਥੇ ਲੰਗਰ ਚੱਲ ਰਿਹਾ ਸੀਗਾ। ਅਤੇ ਵੈਸੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿੰਨਾ ਮੈਨੂੰ ਗਿਆਨ ਹੈ ਮੇਰੇ ਲਈ, ਤਾਂ ਖਾਸ ਕਰ ਮੈਂ ਆਪਣੇ ਲਈ ਗੱਲ ਕਰ ਰਹੀ ਹਾਂ ਕਿ ਮੇਰੇ ਲਈ ਚਾਹੇ ਮਸੀਦ ਹੋਵੇ, ਚਾਹੇ ਮੰਦਿਰ, ਚਾਹੇ ਗੁਰਦੁਆਰਾ, ਕੋਈ ਵੀ ਜਿਹੜਾ ਵੀ ਜਗ੍ਹਾ ਹੈ ਉਹ ਮੇਰੇ ਲਈ ਇੱਕ ਹੈ। ਮੈਂ ਉਹਨਾਂ ਨੂੰ ਇੱਕੋ ਹੀ ਨਜ਼ਰ ਨਾਲ ਵੇਖਦੀ ਹਾਂ ਜੀ। ਸਤਿ ਸੰਗਤ ਜੀ, ਹੁਣ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਏ ਹਾਂ ਅਤੇ ਅਸੀਂ ਆਏ ਹਾਂ ਬਾਬਾ ਬਕਾਲਾ ਸਾਹਿਬ ਗੁਰਦੁਆਰੇ। ਇਹ ਗੁਰਦੁਆਰਾ ਗੁਰਦਾਸਪੁਰ ਰੋਡ 'ਤੇ ਹੈ ਅਤੇ ਅੰਮ੍ਰਿਤਸਰ ਤੋਂ 42 ਕਿਲੋਮੀਟਰ
ਜਲੰਧਰ ਤੋਂ 46 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 193 ਕਿਲੋਮੀਟਰ ਦੀ ਦੂਰੀ 'ਤੇ ਹੈ। ਸਤਸੰਗ ਜੀ ਆਓ ਜੀ, ਮੱਥਾ ਵੀ ਟੇਕਦੇ ਹਾਂ ਅਤੇ ਨਾਲ ਇੱਥੇ ਅੰਦਰ ਜਾ ਕੇ ਦੇਖਦੇ ਹਾਂ ਕਿ ਕਿਹੜੇ ਕਿਹੜੇ ਅੰਦਰ ਗੁਰਦੁਆਰੇ ਵੀ ਬਣੇ ਹੋਏ ਹੈ ਔਰ ਇਹਦਾ ਇਤਿਹਾਸ ਕੀ ਹੈ। ਗੁਰਦੁਆਰਾ ਬਾਬਾ ਬਕਾਲਾ ਜੀ, ਇਹ ਗੁਰਦੁਆਰਾ ਜੋ ਹੈ ਇਹ 9ਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ, ਮਾਤਾ ਗੰਗਾ ਜੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨਾਲ ਜੁੜੇ ਹੋਣ ਲਈ ਜਾਣਿਆ ਜਾਂਦਾ ਹੈ। ਮੁੱਖ ਕੰਪਲੈਕਸ ਵਿੱਚ 4 ਗੁਰਦੁਆਰੇ ਹਨ ਜੀ। ਸਾਧ ਸੰਗਤ ਜੀ, ਇਹ ਬਾਹਰ ਕੰਪਲੈਕਸ 'ਤੇ ਦਰਸ਼ਨ ਕਰੋ ਗੁਰਦੁਆਰਾ ਸ਼ੀਸ਼ ਮਹਿਲ ਦੇ, ਜਿੱਥੇ ਮਾਤਾ ਗੰਗਾ ਗੁਰੂ ਅਰਜਨ ਦੇਵ ਜੀ ਦੀ ਜੋ ਪਤਨੀ ਸੀ, ਗੁਰੂ ਹਰਗੋਬਿੰਦ ਜੀ ਦੀ ਮਾਤਾ ਅਤੇ ਗੁਰੂ ਹਰਗੋਬਿੰਦ ਜੀ ਦੀ ਦਾਦੀ, ਐਸੀ ਜਗ੍ਹਾ ਮਾਤਾ ਗੰਗਾ ਜੀ ਨੇ ਪਰਲੋਕ ਗਮਨ ਕੀਤਾ ਸੀਗਾ। ਸਾਧ ਸੰਗਤ ਜੀ, ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਜੀ ਦੇ। ਗੁਰੂ ਤੇਗ ਬਹਾਦਰ ਜੀ ਨੂੰ ਲੱਭਣ ਤੋਂ ਬਾਅਦ ਸਿੱਖ ਸੰਗਤਾਂ ਨੇ ਇੱਥੇ ਦੀਵਾਨ ਸਥਾਪਿਤ ਕੀਤਾ। ਦੀਵਾਨ 'ਤੇ ਪ੍ਰਚਾਰ ਕਰਦਿਆਂ ਸਹੀ ਮਸੰਦ ਨੇ ਗੁਰੂ ਜੀ 'ਤੇ ਫਾਇਰ ਕਰ ਦਿੱਤਾ ਸੀ ਅਤੇ ਗੋਲੀ ਗੁਰੂ ਜੀ ਦੇ ਦਸਤਾਰ ਦੇ ਨਾਲ ਲੱਗੀ ਬਿਨਾਂ ਕਿਸੇ ਨੁਕਸਾਨ ਦੇ ਜੀ। ਸਾਧ ਸੰਗਤ ਜੀ, ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਜੀ ਦੇ। ਇਹ ਭੋਰਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ। ਇਸ ਸਥਾਨ ਤੋਂ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਡੁੱਬਦਾ ਬੇੜਾ ਮੰਨੇ ਲਾਇਆ ਸੀ। ਇਸ ਸਥਾਨ 'ਤੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਸੀ ਅਤੇ ਉੱਚੀ ਉੱਚੀ ਆਵਾਜ਼ ਵਿੱਚ ਉਚਾਰਨ ਕੀਤਾ ਸੀ, ਸੱਚਾ ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ। ਸਾਧ ਸੰਗਤ ਜੀ, ਤੁਹਾਨੂੰ ਮੈਂ ਇੱਕ ਗੱਲ ਦੱਸਣਾ ਭੁੱਲ ਗਈ ਕਿ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਹੈ, ਇਹ ਉਹ ਸਥਾਨ ਹੈ ਜਿੱਥੇ 1664 ਵਿੱਚ ਸਿੱਖ ਸੰਗਤ ਬਕਾਲਾ ਪਹੁੰਚੀ ਅਤੇ ਤੇਗ ਬਹਾਦਰ ਜੀ ਨੂੰ ਸਿੱਖਾਂ ਨੇ 9ਵੇਂ ਗੁਰੂ ਵਜੋਂ ਮਸਾਹ ਕੀਤਾ। ਸੰਗਤ ਦੀ ਅਗਵਾਈ ਦੀਵਾਨ ਦੁਰਗਾਮਲ ਦੁਆਰਾ ਕੀਤੀ ਗਈ ਅਤੇ ਬਾਬਾ ਗੁਰਦਿੱਤਾ ਦੁਆਰਾ ਗੁਰੂ ਤੇਗ ਬਹਾਦਰ ਜੀ ਨੂੰ ਰਸਮੀ ਤੌਰ 'ਤੇ ਉਹਨਾਂ ਨੇ ਗੁਰਗੱਦੀ ਭੇਟ ਕਰਦਿਆਂ ਤਿਲਕ ਦੀ ਰਸਮ ਵੀ ਕੀਤੀ ਗਈ ਸੀ। ਸਤਿ ਸੰਗਤ ਜੀ, ਹੁਣ ਅਸੀਂ ਫਾਈਨਲ ਪਹੁੰਚ ਗਏ ਹਾਂ ਜੀ ਗੁਰਦੁਆਰਾ ਬਾਬਾ ਡੇਰਾ ਨਾਨਕ। ਇੱਥੇ ਹੁਣ ਅਸੀਂ ਸਟੇਅ ਕਰਾਂਗੇ ਸਾਰੇ ਸੰਗਤ ਅਤੇ ਸਵੇਰੇ ਅਸੀਂ ਗੁਰਦੁਆਰੇ ਮੱਥਾ ਟੇਕ ਕੇ ਅਸੀਂ ਵੀ ਕਰਤਾਰਪੁਰ ਵੀ ਜਾਣਾ, ਲੇਕਿਨ ਉਸ ਤੋਂ ਪਹਿਲਾਂ ਅਸੀਂ ਚੋਲਾ ਸਾਹਿਬ ਅਤੇ 8 ਨੁਕਰਾ ਖੂਹ ਦੇ ਵੀ ਦਰਸ਼ਨ ਕਰਾਂਗੇ ਅਤੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਅਸੀਂ ਕਿੱਥੇ ਕਿੱਥੇ। ਸਤਿ ਸੰਗਤ ਜੀ, ਮੈਂ ਇੱਥੇ ਵੀਡੀਓ ਦੀ ਸਮਾਪਤੀ ਕਰਦੀ ਹਾਂ ਜੀ ਅਤੇ ਮੇਰਾ ਵਲੋਗ ਤੁਹਾਨੂੰ ਪਸੰਦ ਆਇਆ ਅਤੇ ਹੋਰ ਸਿੱਖੀ ਇਤਿਹਾਸ ਦੇ ਜੁੜਨ ਲਈ ਮੈਨੂੰ ਫੋਲੋ ਅਤੇ ਲਾਈਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।